ਜਿਹੜੀ ਤੁਸੀਂ ਕਹਿੰਦੇ ਹੋ ਰਾਹੁਲ ਗਾਂਧੀ ਨੇ MP ਦੀ ਟਿਕਟ, ਮੈਂ ਉਹਨਾਂ ਚੋਂ ਹਾਂ। ਮੈਨੂੰ ਕਿਸੇ ਦੀ ਸਿਫਾਰਿਸ਼ ਨਾਲ ਟਿਕਟ ਨਹੀਂ ਮਿਲੀ। ਜਿਹੜੀ ਮੈਂ ਪਹਿਲੀ 2009 ਚ ਟਿਕਟ ਮਿਲੀ, ਉਹ ਯੂਥ ਕਾਂਗਰਸ ਦਾ ਪ੍ਰਧਾਨ ਇਲੈਕਟਿਡ ਹੋ ਕੇ ਜਿੱਤ ਕੇ, ਮੈਂ ਬਿਲਕੁਲ, ਮੈਨੂੰ ਰਾਹੁਲ ਗਾਂਧੀ ਜਾਂ ਕਿਸੇ ਦੀ ਸਿਫਾਰਿਸ਼ ਨਾਲ ਨਹੀਂ ਟਿਕਟ ਮਿਲੀ। ਮੈਂ ਜਿੱਤਿਆ ਯੂਥ ਕਾਂਗਰਸ, ਤੁਹਾਨੂੰ ਸਭ ਨੂੰ ਹਰਾਇਆ, ਤੇ ਜਿਹੜਾ ਉਹਦੇ ਵਿੱਚ ਜਦੋਂ ਮੈਂ ਜਿੱਤ ਗਿਆ 9000 ਆਪਣੇ 2009 ਚ, ਮੈਨੂੰ ਪਾਰਲੀਮੈਂਟ ਦੀ ਟਿਕਟ ਮਿਲ ਗਈ। ਤੇ ਹੋਰ ਮੈਂ ਦੱਸ ਦਿੰਦਾ, ਮੈਂ ਇਹ ਹੰਕਾਰ ਕਰਕੇ ਨਹੀਂ ਕਹਿੰਦਾ, ਜਿਹੜਾ ਤੁਸੀਂ ਰਾਹੁਲ ਗਾਂਧੀ ਕਰਦੇ ਹੋ, ਮੈਂ 2009 ਚ ਵੀ ਜਿੱਤਿਆ, 2014 ਚ ਰਾਹੁਲ ਗਾਂਧੀ ਹਾਰ ਗਿਆ, ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਘਰ ਸੀ ਅਮੇਠੀ ਰਾਏਬਰੇਲੀ, ਰਾਹੁਲ ਗਾਂਧੀ ਆਪਣੀ ਉਹ ਸੀਟ ਹਾਰ ਗਿਆ, ਮੈਂ ਫਿਰ ਲੁਧਿਆਣੇ ਜਿੱਤ ਕੇ ਗਿਆ। ਕਿਹੜੀਆਂ ਕਾਕਾ ਜੀ ਗੱਲਾਂ ਕਰਦੇ ਹੋ ਤੁਸੀਂ, ਰਾਹੁਲ ਗਾਂਧੀ ਉਦੋਂ ਹਾਰਿਆ, ਮੈਂ ਜਿੱਤ ਕੇ ਗਿਆ, ਫਿਰ ਜਦੋਂ 43 ਆਏ, 53 ਆਏ। ਹੁਣ ਮੈਂ ਤੁਹਾਨੂੰ ਲੁਧਿਆਣੇ ਦੀ ਗੱਲ ਤੇ ਆ ਜਾਂਦਾ, ਕਿਸੇ ਮੈਂ ਕਹਿਣਾ ਨਹੀਂ ਚਾਹੁੰਦਾ ਜੀ, ਪਰ ਮੈਂ ਸਭ ਨੂੰ ਦੱਸਣਾ ਚਾਹੁੰਦਾ, ਭੁਲੇਖਾ ਕੱਢਣਾ ਚਾਹੁੰਦਾ। ਤੁਸੀਂ ਲੁਧਿਆਣੇ ਆਏ, ਮੈਂ ਬੇਸ਼ੱਕ ਮੈਂ BJP ਚਲਾ ਗਿਆ, ਜਿੱਥੇ ਵੋਟਾਂ ਪਈਆਂ, ਜਿੱਥੇ ਇਲੈਕਸ਼ਨ ਹੋਈ ਆ 6 ਵਿਧਾਨ ਸਭਾ ਚ, ਸ਼ਹਿਰ ਚ ਫੋਕ ਵਜਾ ਕੇ ਤੁਹਾਨੂੰ ਰਗੜਿਆ ਉੱਥੇ। ਚਾਹੇ ਮੈਂ ਨਵਾਂ BJP ਚ ਗਿਆ ਸੀ, ਸਾਰੀਆਂ ਸੀਟਾਂ ਦੇ ਜਿੱਥੇ ਵੋਟ ਪਈ ਤੁਹਾਨੂੰ ਕਸਾਇਆ, ਬਿਲਕੁਲ ਮੈਂ ਲੋਕਾਂ ਨੂੰ ਵੀ ਪਤਾ, ਜਿੱਥੇ ਕਿਸਾਨ ਲੀਡਰ, ਮੈਂ ਫਿਰ ਕਹਿ ਦਿੰਦਾ, ਠੀਕ ਆ ਉਹ ਅਲੱਗ ਇੱਕ ਇਸ਼ੂ ਆ ਜਿਹਦੇ ਕਰਕੇ ਉਹ ਚੱਲ ਰਹੇ ਆ, ਜਿੱਥੇ 800 ਤੋਂ ਉੱਤੇ ਡਾਕਾ, ਜਗਰਾਓਂ, ਗਿੱਲ 800 ਤੋਂ ਉੱਤੇ ਬੂਥ ਸਾਡੇ ਲੱਗੇ ਨਹੀਂ, ਜਿਹੜੇ ਕਿ ਕਿਸਾਨ, ਜਿਹੜੇ ਉਲਟ ਲੀਡਰਾਂ ਦੀ ਗੱਲ ਕਰਦਾ, ਕਿਸਾਨਾਂ ਦੀ ਨਹੀਂ, ਕਿਸਾਨ ਲੀਡਰਾਂ ਨੇ ਨਹੀਂ ਲਾਉਣ ਦਿੱਤੇ। ਨਹੀਂ, ਤੁਹਾਨੂੰ ਮੈਂ ਰਗੜ ਕੇ ਰੱਖ ਦਿੰਦਾ ਲੁਧਿਆਣੇ, ਤੁਸੀਂ 10,000 ਵੋਟ ਇੱਧਰ ਉੱਧਰ ਹੋ ਜਾਂਦੀ, 6 ਹਲਕਿਆਂ ਚ ਹਰਾਇਆ, ਜਿੱਤੇ ਤੁਸੀਂ ਉੱਥੇ ਜਿੱਥੇ ਸਾਡਾ ਪੋਲਿੰਗ ਏਜੰਟ ਨਹੀਂ ਸੀ, ਜਿੱਥੇ ਸਾਡਾ ਪੋਲ ਲਾਉਣ ਵਾਲਾ ਪੋਲਿੰਗ ਏਜੰਟ ਅੰਦਰ ਨਹੀਂ ਬੈਠਾ ਸੀ, ਇਹ ਸੱਚ ਸਾਰੇ ਜਾਣਦੇ ਆ। ਤਾਂ ਉਹ ਹਲਕਿਆਂ ਚੋਂ ਜਿੱਥੇ ਅਸੀਂ 3 ਚ ਸਾਨੂੰ ਵੋਟ ਨਹੀਂ, ਸਾਨੂੰ ਏਜੰਟ ਨਹੀਂ ਸਾਡਾ ਕਿਸਾਨ ਲੀਡਰਾਂ ਨੇ ਬਹਿਣ ਦਿੱਤਾ, ਤਾਂ ਜਨਾਬ ਜਿੱਤੇ ਹੋ। ਆਪਾਂ ਕਿਹੜੀ ਗਲਤ ਫਹਿਮੀ ਚੋਂ, ਅੰਦਰੋਂ ਆਪਣੇ ਮਨ ਚ ਝਾਤ ਮਾਰ ਕੇ ਦੇਖੋ ਵੀ ਤੁਸੀਂ ਕਿਵੇਂ ਜਿੱਤੇ ਹੋ। ਨਹੀਂ, ਤੁਸੀਂ ਇਹੀ ਲੱਖ ਤੇ ਹਾਰੇ ਹੁੰਦੇ ਜੇ ਕਿਸਾਨ ਲੀਡਰ ਨੇ ਜਿਹੜੇ ਉਹ ਜਾ ਕੇ ਸਾਡੇ ਏਜੰਟਾਂ ਨੂੰ ਤੇ ਬੂਥਾਂ ਨੂੰ, ਸਾਨੂੰ ਤਾਂ ਕੰਪੇਨ ਨਹੀਂ ਕਰਨ ਦਿੱਤਾ 3 ਹਲਕਿਆਂ ਚ, ਤੇ ਬਾਕੀ ਪੰਜਾਬ ਦੀਆਂ ਸੀਟਾਂ ਵੀ BJP ਜਿੱਤੀ ਹੁੰਦੀ ਜੇ ਕਿਤੇ ਇਹ ਨਾ ਰੋਕਦੇ। ਚਾਹੇ ਮਹਾਰਾਣੀ ਸਾਹਿਬ ਵਾਲੀ ਸੀਟ ਆ, ਚਾਹੇ ਫਿਰੋਜ਼ਪੁਰ ਸੀਟ ਆ, ਚਾਹੇ ਗੁਰਦਾਸਪੁਰ, ਚਾਹੇ ਅੰਮ੍ਰਿਤਸਰ, ਚਾਹੇ ਜਲੰਧਰ, ਸਾਰੀਆਂ ਸੀਟਾਂ ਜਿੱਤਦੇ ਜੇ ਉਹ, ਠੀਕ ਆ, ਉਹਨਾਂ ਨੇ ਤੁਹਾਨੂੰ ਉਹਨਾਂ ਦੀ ਮਦਦ ਲਾ ਲਓ, ਉਹਨਾਂ ਦੇ ਕਿਰਪਾ ਨਾਲ ਤੁਸੀਂ ਜਿੱਤ ਗਏ। ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ, ਤੁਹਾਨੂੰ 4 ਸਾਲ ਜਦੋਂ ਸਰਕਾਰ ਬਣ ਗਈ, ਤੁਹਾਨੂੰ ਇਕੱਲੇ ਤੁਸੀਂ ਸੀਗੇ, ਸਾਰੇ ਯੂਥ ਵਾਲੇ, ਆਸ਼ੂ ਜੀ ਹੋਣੀ, ਸਿੰਗਲਾ ਜੀ ਹੋਣੀ, ਸਭ ਮੰਤਰੀ ਬਣ ਗਏ, ਤੁਹਾਨੂੰ ਕਿਉਂ ਨਹੀਂ ਮੰਤਰੀ ਬਣਾਇਆ? ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਰਹੇ, ਉਹ ਕਹਿੰਦੇ ਮੈਂ ਰਾਹੁਲ ਗਾਂਧੀ ਦੇ ਏਜੰਟ ਨੂੰ, ਕਿਉਂਕਿ ਆਪਣਾ ਕੰਮ ਕੀ ਸੀ, ਕਿਉਂ ਪਸੰਦ ਆ ਆਪਾਂ ਰਾਹੁਲ ਗਾਂਧੀ ਨੂੰ, ਕਿ ਜਿਹੜੀਆਂ ਵੀ IYC ਵਿੱਚ ਬਹਿ ਕੇ ਹਰ ਸਟੇਟ 'ਚ ਇਲੈਕਸ਼ਨ ਹੋਣੀ, ਚਾਹੇ ਉਹ ਗੋਆ, ਚਾਹੇ ਰਾਜਸਥਾਨ, ਜਾਂ ਹਰ ਜਗ੍ਹਾ, ਤੁਸੀਂ ਲੋਕ ਕਿਉਂ ਪਸੰਦ ਹੋ ਉਹਨਾਂ ਨੂੰ? ਕਿਉਂਕਿ ਤੁਸੀਂ ਯੂਥ ਕਾਂਗਰਸ ਦੇ ਨਾਂ 'ਤੇ 5 ਤੋਂ 7 ਲੱਖ ਸੀਟਾਂ ਜਿਹੜੀਆਂ ਹਰ ਸਟੇਟ 'ਚ ਕੱਢ ਲੈਣੀਆਂ, ਜਿਹਦਾ ਤੁਸੀਂ ਸੌਦਾ ਕਰਨਾ, ਅਤੇ ਸੌਦਾ ਕਰਕੇ ਰਾਹੁਲ ਗਾਂਧੀ ਤੋਂ ਉਹ ਸੀਟਾਂ ਦਵਾਉਣੀਆਂ। ਰਾਹੁਲ ਗਾਂਧੀ ਨੂੰ ਤਾਂ ਚੰਗੇ ਲੱਗੇ ਆ, ਤਾਂ ਹੀ ਤੁਹਾਨੂੰ ਪ੍ਰਮੋਟ ਕਰ ਰਿਹਾ ਉਹ ਇਲੈਕਸ਼ਨਾਂ। ਤੁਹਾਨੂੰ ਮੈਂ ਦੱਸਤਾ ਵੀ ਬਿਲਕੁਲ ਤੁਸੀਂ ਐਨ, ਤੁਹਾਨੂੰ ਯੂਥ ਕਾਂਗਰਸ ਜਿਹੜੀ ਪਹਿਲੀ ਇਲੈਕਸ਼ਨ ਜਦੋਂ ਤੁਸੀਂ ਕਿਹਾ ਵੀ ਇਹ ਨਵਾਂ ਬੱਚਾ ਸੀ, ਉਦੋਂ ਤੁਹਾਨੂੰ ਕਸਾਇਆ, ਚੰਗੀ ਤਰ੍ਹਾਂ ਤੁਹਾਨੂੰ ਹਰਾਇਆ, ਜਦੋਂ ਸਿੱਧੀ ਲੜਾਈ ਸੀ 1-to-1 ਪਾਰਟੀ ਦੀ ਨਹੀਂ। ਉਦੋਂ ਬਾਅਦ ਤੁਹਾਨੂੰ ਮੈਂ ਦੱਸਿਆ ਵੀ ਤੁਸੀਂ ਕੋਈ ਭਗਵੰਤ ਮਾਨ ਤੇ ਸੁਖਬੀਰ ਬਾਦਲ ਨਾਲ ਉਲਟ ਲੜ ਨਹੀਂ ਜਾਂਦੇ ਸੀ ਇਲੈਕਸ਼ਨ, ਉਹ ਮੈਂ ਜਲਾਲਾਬਾਦ ਲੜਨ ਗਿਆ।
ਤੁਸੀਂ ਮੈਨੂੰ ਕੀ ਕਹੋਗੇ ਮੇਰੀ ਚਾਹੇ ਮੈਂ ਛੋਟੀ ਏਜ ਚ ਤਿੰਨ ਇਲੈਕਸ਼ਨਾਂ ਮੈਂ ਲਗਾਤਾਰ ਜਦੋਂ ਰਾਹੁਲ ਗਾਂਧੀ ਵੀ ਹਾਰਿਆ ਮੈਂ ਤਾਂ ਵੀ ਜਿੱਤ ਕੇ ਗਿਆ। ਹੁਣ ਆ ਜਾਓ ਅਖੀਰਲੀ ਗੱਲ, ਮੈਂ ਕਿਉਂ ਕਿਹਾ ਇਹ ਤਾਂ ਚਲੋ ਤੁਹਾਡੀਆਂ ਪੰਜਾਬ ਵਾਲਿਆਂ ਦੀ ਤੁਹਾਨੂੰ ਮੈਂ ਕਿਹਾ ਕਿਤੇ ਲੋਕਾਂ ਨੂੰ ਦੁਬਾਰਾ ਦੱਸਾਂ ਸਹੀ ਨਾ ਵੀ ਕਿੰਨੇ ਕੁ ਯੋਗ ਹੋ ਤੁਸੀਂ, ਤੁਹਾਨੂੰ ਕਿਉਂਕਿ ਤੁਸੀਂ ਮੇਰੇ, ਮੈਂ ਪਹਿਲਾਂ ਨਹੀਂ ਕਦੇ ਬੋਲਦਾ, ਮੈਂ ਕਦੇ ਪਹਿਲ ਨਹੀਂ ਕਰਦਾ ਮੇਰੇ ਬਾਰੇ। ਕੱਲ ਤੁਸੀਂ ਸਾਰਿਆਂ ਨੇ ਇਹ ਗੱਲ ਕੀਤੀ ਤੇ ਮੈਂ ਸਪਸ਼ਟ ਦੱਸਣਾ ਚਾਹੁੰਦਾ ਵੀ ਕਿੰਨੇ ਪਾਣੀ ਚ ਨੇ ਤੇ ਕਿਵੇਂ ਇਹਨਾਂ ਨੂੰ ਲਿਆ ਕੇ ਬਿਠਾਇਆ ਹੋਇਆ ਪਾਰਟੀ ਨੇ। ਇਹ ਹਰਾਏ ਹੋਏ ਪਹਿਲੇ ਦਿਨ